लुधियाना तो विधायक सिमरजीत बैंस ने विदेश तो मिल रही धमकियों बारे पूछे गए सवाल के जवाब में कहा कि वह किसी भी धमकी तो डरन वाले नहीं। उन्होंने कहा कि नशे के मुद्दे को लेकर उन्होंने जो आवाज़ चुकी है उसके संदर्भ में ही उन्होंने धमकियां मिल रही हैं। उन्होंने कहा कि इस बाबत उन्होंने DGP को जानकारी दे दी है। उन्होंने कहा कि बुझदे लोग यहोजियां हरकतां कर रहे ने। थ्रैट का आना, धमकी भरे पत्र का आना, थ्रैट कॉल्स का आना, टैलीफोन का आना, सो ये गल्लां जिहड़े गरजदे आ बरसदे नहीं हैगे। कुत्ते कतूरे भौंकदे आ ते हाथी अपनी मस्त चाल दे विच लंघ जांदा। गिद्दड़ धमकियां गिद्दड़ लोग दिंदे आ, सो मैं किसी गिद्दड़ धमकी तो डरन वाला नहीं गा। अजे पंजाबियां दी ये ड्यूटी का हिस्सा कि पंजाब दे विच ओ नशा चिट्टा जिदे कारण साडे अज नौजवान पुत्ते धियां मौत दे मुंह च जा रहे, उहदे खिलाफ संघर्ष करना एक ड्यूटी का हिस्सा हैगा। सो मैनू थ्रैट लैटर आ गया, यह कोई पहला नहीं, पहला भी आया। पहले थ्रैट लैटर मैं जिहड़े आ उह पुलिस कमिश्नर लुधियाणा नूं, ते क्योंकि थ्रैट लैटर दे उत्ते भेजण वाले दा पता कनेडा तो लिखिया होया, सो इस करके मैं थ्रैट लैटर जिहड़ा ADGP सिक्योरिटी ते होम सैकटरी साहब दे ध्यान च लिया था। मैं ये नहीं कहता कि मैनू सुरक्षा की जरूरत आ, मेरे कोले लोकां दी सुरक्षा दा कब्ज है, पर मैं ये जरूर जानना चाहवांगा कि पुलिस डिटेक्ट करे कि यह थ्रैट कॉल ते थ्रैट लैटर भेजण वाला बंदा है कौन। क्योंकि मैं पहला भी थ्रैट लैटर जिन्नियां आईयां ते मैं पुलिस दे सपुरद करतीयां, पर अज तक पुलिस ने खंगालण दा यतन मैनू दसण दा यतन नहीं कीता वी इह बंदा है कौन। सो मैं फिर कहूंगा कि अज पंजाब दी धरती ते चिट्टे दा खात्मा करन वास्ते लोकां दी लहर दा हिस्सा बैंस आ। बैंस दी लहर नहीं, बैंस दी चलाई हुई मुहिम नहीं, लोकां दी चलाई हुई मुहिम, ते मैं उहदा पार्ट हां, ते मैं अपने आखिरी सांस तक चिट्टे दे कारोबारियां दे विरुद्ध लड़ाई लड़ांगा। मैनू किसे गिद्दड़ दी गिद्दड़ धमकी दा कोई डर नहीं। उत्थे ही बैंस ने उच्च अधिकारियों ते भी कई सवाल चुके अते कहा कि मुख्यमंत्री पंजाब उच्च अधिकारियों नू बचाउण दी कोशिश कर रहे हन। अच्छा, ये अतुल नंदा जी, कैप्टन अमरिंदर सिंह जी, जां जिन्ने इन्हां दे होर ਅਹਿਲਕਾਰ ਹੈਗੇ ਆ, ਤੇ ਉਹ ਸਾਰੇ ਅੱਜ ਚਿੱਟੇ ਨੂੰ ਡਰੱਗਸ ਨੂੰ ਮਿੱਟੀ ਪਾਉਣ ਦੇ ਯਤਨਾਂ ਦੇ ਵਿੱਚ ਹੈ। ਕਿਉਂਕਿ ਬਹੁਤ ਸਾਰੇ ਖੁਲਾਸੇ ਹੋ ਗਏ, ਵਿਕਰਮ ਮਜੀਠੀਏ ਤੋਂ ਬਾਅਦ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਦਾ ਨਾਮ, SSP ਰਾਜੀਵ ਸਿੰਘ ਹੋਰਾਂ ਦਾ ਨਾਮ, ADGP ਦਿਨਕਰ ਗੁਪਤਾ ਦਾ ਨਾਮ, ਇਹ AG ਸਾਹਿਬ ਜਿਹੜੀ ਗੱਲ ਕਹਿੰਦੇ ਕਿ ਸਨਸਨੀਖੇਜ ਬਣਾਉਣ ਦੀ ਜ਼ਰੂਰਤ ਨਹੀਂ। ਅੱਜ ਐਡੂ ਵੱਡਾ ਸੀਰੀਅਸ ਇਸ਼ੂ ਪੰਜਾਬ ਦੇ ਅੰਦਰ ਕੀ ਹੋ ਸਕਦਾ ਜਿੱਥੇ ਮਾਮਾ ਦੇ ਬੈਣ ਪੈ ਰਹੇ ਆ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ, ਭੈਣਾਂ ਰੋ ਰਹੀਆਂ ਨੇ ਆਪਣੇ ਮਰੇ ਹੋਏ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ, ਤੇ ਨੰਦਾ ਸਾਹਿਬ ਇਹ ਕਹਿ ਰਹੇ ਆ ਸਾਡੇ ਐਡਵੋਕੇਟ ਜਨਰਲ ਕਿ ਇਹਨੂੰ ਸਨਸਨੀਖੇਜ ਬਣਾਉਣ ਦੀ ਜ਼ਰੂਰਤ ਨਹੀਂ। ਸ਼ਰਮਨਾਕ ਉਹਨਾਂ ਦਾ ਸਟੇਟਮੈਂਟ ਹੈਗਾ ਹੈ। STF ਨੂੰ ਫ੍ਰੀ ਹੈਂਡ ਕਰਨ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ DGP ਸੁਰੇਸ਼ ਅਰੋੜਾ ਨਹੀਂ ਚਾਹੁੰਦੇ ਕਿ STF ਨੂੰ ਫ੍ਰੀ ਹੈਂਡ ਕੀਤਾ ਜਾਵੇ। DGP ਸਾਹਿਬ, ਕਿਉਂਕਿ ਇਹ ਜਿਵੇਂ ਸੱਤ ਰਬੜੀ ਗੇਂਦ ਹੁੰਦੀ ਹੈ ਨਾ, ਇੱਕ ਤੋਂ ਬਾਅਦ ਦੂਜੀ ਰਬੜ, ਦੂਜੀ ਤੋਂ ਤੀਜੀ ਰਬੜ, ਅੱਜ ਸੱਤ ਰਬੜੀ ਗੇਂਦ ਵਾਂਗੂ ਪਰਤਾਂ ਉਤਰ ਰਹੀਆਂ ਨੇ ਕਿ ਚਿੱਟਾ ਵੇਚਣ ਵਾਲੇ ਲੋਕਾਂ ਦੇ ਨਾਲ ਸ਼ਾਮਲ ਕੌਣ ਕੌਣ ਆ, ਜਿਹਦੇ ਵਿੱਚ DGP ਸੁਰੇਸ਼ ਅਰੋੜਾ ਖੁਦ ਸ਼ਾਮਲ ਆ। ਕੈਪਟਨ ਅਮਰਿੰਦਰ ਸਿੰਘ ਨੇ DGP ਸੁਰੇਸ਼ ਅਰੋੜਾ ਤੇ ਕਾਰਵਾਈ ਕੀ ਕਰਨੀ ਸੀ, ਹਜੇ ਤੱਕ ਉਹਨਾਂ ਦਾ ਤਬਾਦਲਾ ਤੱਕ ਨਹੀਂ ਕੀਤਾ। ਸੋ ਸੁਰੇਸ਼ ਅਰੋੜਾ ਕਦੋਂ ਚਾਹੁਣਗੇ ਕਿ ਗਾਂ ਤੋਂ ਗਾਂ ਖੁਲਾਸੇ ਹੋਣ? SSP ਰਾਜਜੀਤ ਵਰਗੇ ਇੱਕ ਨਹੀਂ, ਪੰਜਾਬ ਪੁਲਿਸ ਦੀ ਖਾਕੀ ਦੇ ਅੰਦਰ ਅਨੇਕਾਂ ਭੇਡਾਂ, ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਪੁਲਿਸ ਦੀ ਖਾਕੀ ਨੂੰ ਦਾਗਦਾਰ ਕਰ ਰਹੀਆਂ ਨੇ। ਉਹ ਤਾਂ ਹੀ ਉਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਜਿੰਨੀ ਦੇਰ ਤੱਕ DGP ਪੰਜਾਬ ਪੁਲਿਸ ਸੁਰੇਸ਼ ਅਰੋੜਾ ਦੇ ਵਿਰੁੱਧ ਕਾਰਵਾਈ ਨਹੀਂ ਸਰਕਾਰ। ਰਵਾਇਤੀ ਨਸ਼ਿਆਂ ਦਾ ਮਤਲਬ ਹੈਗਾ ਅਫੀਮ, ਡੋਡੇ, ਭੁੱਕੀ, ਪੋਸਤ, ਪਰ ਇਹ ਮਸਲਾ ਜਿਹੜਾ ਗਾਂਧੀ ਜੀ ਨੇ ਟੇਕਅਪ ਕੀਤਾ ਨਾ, ਇਸ ਮਸਲੇ ਦੇ ਉੱਤੇ ਬੜੀ ਸੰਜੀਦਾ ਕਮੇਟੀ ਦੀ ਜ਼ਰੂਰਤ ਹੈਗੀ ਹੈ, ਜਿਹਦੇ ਵਿੱਚ ਵਾਤਾਵਰਨ ਟੈਕਨੋਕ੍ਰੇਟਸ, ਹੈਲਥ ਟੈਕਨੋਕ੍ਰੇਟਸ, ਜਿਹੜੇ ਅੱਛੇ ਬੁੱਧੀਜੀਵੀ ਹੈਗੇ ਆ, ਉਹਨਾਂ ਦੇ ਆਧਾਰ ਤੇ ਕਮੇਟੀ ਬਣੇ। ਉਹ ਕਮੇਟੀ ਦੀਆਂ ਰਿਕਮੈਂਡੇਸ਼ਨਸ ਕੀ ਨੇ, ਸਿਫਾਰਿਸ਼ਾਂ ਕੀ ਨੇ, ਫਿਰ ਸਰਕਾਰ ਉਹਨਾਂ ਸਿਫਾਰਿਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਤੇ ਫੈਸਲਾ ਲਵੇ। ਪੰਜਾਬ ਦੇ ਵਿੱਚ ਕੀ ਅਫੀਮ ਦੀ ਖੇਤੀ, ਡੋਡੇ ਭੰਗ ਪੋਸਤ ਦੀ ਖੇਤੀ ਕੀ ਹੋ ਸਕਦੀ ਆ, ਕੀ ਉਹਦੇ ਨੈਗੇਟਿਵਸ ਨੇ, ਕੀ ਪੋਜ਼ਿਟਿਵਸ ਨੇ, ਇਹ ਬੜਾ ਇੱਕ ਸੈਂਸਿਟਿਵ ਸੀਰੀਅਸ ਇਸ਼ੂ ਹੈਗਾ, ਜਿਹਦੇ ਉੱਤੇ ਇੱਕ ਵਿਸ਼ੇਸ਼ ਮਾਰਾਂ ਦੀ ਕਮੇਟੀ ਬਣਾਉਣੀ ਚਾਹੀਦੀ ਆ, ਤਾਂ ਜੋ ਉਹਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਅਸੀਂ ਸਰਕਾਰ ਫਰਦਰ ਫੈਸਲਾ ਕਰ ਸਕੇ। ਮੈਂ ਕਿਹਾ ਨਾ ਵੀ ਇਹ ਕਮੇਟੀ ਬਣੇ, ਲੋਕ ਇਨਸਾਫ਼ ਪਾਰਟੀ ਦੇ ਵਿੱਚ ਟੈਕਨੋਕ੍ਰੇਟਸ, ਮੈਂ ਖੁਦ ਕਹਿ ਰਿਹਾ ਤੁਹਾਨੂੰ, ਮੈਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਜੋਂ ਤੁਹਾਨੂੰ ਦੱਸ ਰਿਹਾ ਨਾ ਇਹ ਗੱਲ, ਵੀ ਇਹਦੇ ਤੇ ਕਮੇਟੀ ਫਾਰਮ ਹੋਵੇ, ਕਮੇਟੀ ਦੇ ਵਿੱਚ ਮਾਹਿਰ ਲੋਕ ਹੋਣ, ਉਹ ਆਪੋ ਆਪਣੇ ਰਾਇਆਂ ਦੇਣ, ਸਾਰੀ
अच्छे तरीके खंगाल के उन्हां रहां दे अनुसार की रह आउंदी आ फिर असीं उन्हां रहां दे अनुसार सरकार उन्हां अफसरशाही दी मिली भुगत दसते हुए कई मुद्दियां ते कैप्टन सरकार ते बहस जम के वरे। कैप्टन अमरिंदर सिंह होरां ने मुख्यमंत्री की सहुं चुकदिआं जिहड़ा उन्हां ने वादा कीता सीगा पवित्र गुटका साहब मत्थे नूं ला के भी चार हफ्तिआं दे विच पंजाब नशा मुक्त उन्हूं अमली जामा पाउण वास्ते उन्हां ने एसटीएफ बनाई सी। एसटीएफ कोई बादलां ने नहीं बनाई, स्पैशल टास्क फोर्स कैप्टन अमरिंदर सिंह होरां ने बनाई ते आईपीएस अधिकारी हरप्रीत सिद्धू नूं लैके आए, बड़े ऑनेस्ट ऑफिसर नूं लैके आए। पंजाबियों नूं पंजाब दे आवाम नूं महसूस होया भी कैप्टन अमरिंदर सिंह चिट्टा खत्म करनगे क्योंकि बहुत वड्डी पद्धर ते उन्हां ने चिट्टे दे विरुद्ध एसटीएफ नूं पावर्स दित्तियां ते मुड़ के दित्तियां होईयां पावर दे उत्ते कैंची चलाउणी किहने शुरू कीती उह वी कैप्टन अमरिंदर सिंह होरां ने। उस डीजीपी दे थल्ले एसटीएफ नूं लाता जिहड़ा डीजीपी सुरेश अरोड़ा खुद चिट्टा वेचण वाले समगलरां दे नाल संबंधां दे विच उहदा नाम आ चुकिआ। पहलां एसटीएफ दी रिपोर्ट डायरैक्ट टू सीएम सी, सीएम कट ऑफ करके एसटीएफ चीफ दी रिपोर्टिंग किहनूं करती, सुरेश अरोड़ा नूं। मतलब कि हरप्रीत सिद्धू जिहड़े एसटीएफ दे चीफ हैगे आ उह अपनी सारी कार्रवाई दी की कीता की करना उहदी सारी रिपोर्टिंग ते सारे गाइडलाइन दिशा निर्देश उस अधिकारी सुरेश अरोड़ा तो लैणगे जिहदा नाम चिट्टा वेचण वाले लोगों के नाल आया है। सो यह बहुत कैप्टन अमरिंदर सिंह वास्ते बड़ा शर्मनाक काम हैगा कि तुसीं खुद एसटीएफ बनाउंदे हो ते खुद ही उहदियां पावरां दे उत्ते कैंची चलाउण लग जांदे हो, किहड़े रीजन हैगे, कैप्टन अमरिंदर सिंह जी दी किहड़ी मजबूरी हैगी, अज इस गल नूं लोक लैके चिंतित होए हुए। एसटीएफ जदों बणी सी ते उह फ्री हैंड सी, मतलब डायरैक्ट टू सीएम रिपोर्टिंग सीगी ते अज एसटीएफ नूं उस अफसर दे थल्ले लाता जिहदे ते खुद ਇਹ ਗੱਲਾਂ ਸਾਹਮਣੇ ਆ ਗਈਆਂ ਵੀ ਚਿੱਟਾ ਵੇਚਣ ਵਾਲੇ ਲੋਕਾਂ ਦੇ ਨਾਲ ਸ਼ਾਮਲ ਹੈਗਾ। ਅੱਜ ਪੰਜਾਬ ਪੁਲਿਸ ਕਾਰਵਾਈ ਕੀ ਕਰਦੀ ਹੈ? ਸਿਰਫ ਮੀਡੀਆ ਦੇ ਜ਼ਰੀਏ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਚਿੱਟੇ ਦੇ ਆਦੀ ਹੈ ਨਾ, ਕਿਸੇ ਕੋਲੇ ਅੱਧਾ ਗ੍ਰਾਮ, ਕਿਸੇ ਕੋਲੇ ਇੱਕ ਗ੍ਰਾਮ, ਉਨ੍ਹਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ, ਉਨ੍ਹਾਂ ਤੇ ਮੁਕੱਦਮੇ, ਤੇ ਜਿਹੜੇ ਵੱਡੇ ਮਗਰਮੱਛ ਹੈ ਚਾਹੇ ਉਹ ਈਡੀ ਦੀਆਂ ਰਿਪੋਰਟਾਂ ਦੇ ਵਿੱਚ ਵਿਕਰਮ ਮਜੀਠੀਏ ਵਰਗੇ ਜਾਂ ਦੂਜੇ ਤੀਜੇ, ਉਸ ਤੋਂ ਬਾਅਦ ਦੇ ਵਿੱਚ ਐਸਟੀਐਫ ਦੀ ਰਿਪੋਰਟ ਜਿਹਨੂੰ ਨਵਜੋਤ ਸਿੱਧੂ ਮੀਡੀਆ ਦੇ ਸਾਹਮਣੇ ਪੜ੍ਹਦੇ ਆ, ਐਂਡ ਉਸ ਤੋਂ ਬਾਅਦ ਦੇ ਵਿਚ ਚੱਟੋਪਾਧੇ ਐਸਆਈਟੀ ਕਮੇਟੀ ਦੀ ਰਿਪੋਰਟ ਦੇ ਵਿਚ ਜਿਹੜੇ ਲੋਕਾਂ ਦੇ ਨਾਮ ਆਏ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ। ਮਤਲਬ ਕਿ ਚਿੱਟੇ ਦੇ ਵੱਡੇ ਮਗਰਮੱਛ, ਵੱਡੇ ਵਪਾਰੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ। ਜਿਹੜੇ ਵਿਚਾਰੇ ਆਦੀ ਸਾਡੇ ਨੌਜਵਾਨ ਬੱਚੇ ਆ, ਇਕ ਗ੍ਰਾਮ ਅੱਧਾ ਗ੍ਰਾਮੀ ਵਾਲੇ, ਉਨ੍ਹਾਂ ਦੇ ਉੱਤੇ ਲੋਕ ਦਿਖਾਵੇ ਲਈ ਅਖਬਾਰਾਂ ਦੇ ਵਿਚ ਦੇਣ ਵਾਸਤੇ ਵੀ ਚਿੱਟੇ ਦੇ ਵਰਖਿਲਾਫ ਇੰਨੀਆਂ ਐਫਆਈਆਰਾਂ ਦੇ ਦਿੱਤੀਆਂ। ਮੈਂ ਹੁਣ ਤੱਕ ਮੁੱਖ ਮੰਤਰੀ ਸਾਹਿਬ ਨੂੰ 407 ਸ਼ਿਕਾਇਤਾਂ ਦੇ ਚੁੱਕਿਆ। ਮੇਰੇ ਕੋਲ ਜਿਹੜਾ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਉਹਦੇ ਉੱਤੇ ਸ਼ਿਕਾਇਤਾਂ ਆਉਂਦੀਆਂ ਨੇ ਚਿੱਟਾ ਵੇਚਣ ਵਾਲੇ ਲੋਕਾਂ ਦੀਆਂ। 407 ਕੰਪਲੇਂਟਾਂ ਦਿੱਤੀਆਂ, 407 ਦੇ ਵਿੱਚੋਂ ਮੈਨੂੰ ਚਿੱਠੀ ਜ਼ਰੂਰ ਆ ਜਾਂਦੀ ਹੈ ਕਿ ਅਸੀਂ ਤੁਹਾਡੀਆਂ ਕੰਪਲੇਂਟਾਂ ਸਾਨੂੰ ਪ੍ਰਾਪਤ ਹੋ ਗਈਆਂ, ਪਰ ਅੱਜ ਤੱਕ ਇਸ ਗੱਲ ਦੀ ਮੈਨੂੰ ਕਦੇ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਉਹਨਾਂ ਦਿੱਤੀਆਂ ਮੇਰੇ ਦੁਆਰਾ ਜਿਹੜਾ ਚਿੱਟਾ ਵੇਚਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਨ੍ਹਾਂ ਤੇ ਕਾਰਵਾਈ ਕੀ ਹੋਈ ਹੈ? ਕੋਈ ਕਾਰਵਾਈ ਨਹੀਂ। ਮਤਲਬ ਸਾਫ ਆ ਕਿ ਜਿਹੜੇ ਚਿੱਟਾ ਵੇਚਣ ਵਾਲੇ ਵੱਡੇ ਮਗਰਮੱਛ ਆ ਉਹ ਸਰਕਾਰ ਦੇ ਕਮਾਊ ਪੁੱਤ ਬਣੇ ਹੋਏ ਆ ਤੇ ਜਿਹੜੇ ਵਿਚਾਰੇ ਆਦੀ ਹੈਗੇ ਆ, ਅੱਜ ਆਦੀਆਂ ਦੇ ਉੱਤੇ ਪੁਲਿਸ ਨਾਮ ਦੀ ਕਾਰਵਾਈ ਕਰਨ ਵਾਸਤੇ ਇੱਕ ਮੀਡੀਆ ਦੇ ਵਿੱਚ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਸਾਰਾ ਕੁਝ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵਾਜ਼ੇ ਖਲਕ ਨਗਾੜਾ ਏ ਖੁਦਾ ਲੋਕਤੰਤਰ, ਮਤਲਬ ਕਿ ਲੋਕਾਂ ਦਾ ਰਾਜ ਤੇ ਲੋਕ ਮਾਲਕ, ਅਸੀਂ ਲੋਕਾਂ ਦੇ ਸਾਰੇ ਜਿਹੜੇ ਨੁਮਾਇੰਦੇ ਅਫਸਰ, ਅਸੀਂ ਲੋਕਾਂ ਦੇ ਨੌਕਰ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਕੋਲੇ ਜਦੋਂ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਆਈ ਹੈ ਤੇ ਉਹਨੂੰ ਵਿਧਾਨ ਸਭਾ ਦੇ ਵਿਚ ਰੱਖਣ ਦਾ ਉਨ੍ਹਾਂ ਨੇ ਐਲਾਨ ਕਰਤਾ ਵੀ ਮੈਂ ਪੰਜਾਬ ਵਿਧਾਨ ਸਭਾ ਚ ਰੱਖੂੰਗਾ, ਬਟ ਉਹਨੂੰ ਜਨਤਕ ਕਿਉਂ ਨਹੀਂ ਕੀਤਾ? ਕਿਉਂਕਿ ਲੋਕਾਂ ਦਾ ਰਾਜ, ਅਸੀਂ ਲੋਕਾਂ ਦੇ ਕਰਿੰਦੇ ਨੌਕਰ ਹੈਗੇ ਆ, ਲੋਕਾਂ ਦੀ ਕਚਹਿਰੀ ਦੇ ਵਿਚ ਉਸ ਰਿਪੋਰਟ ਨੂੰ ਕਿਉਂ ਨਹੀਂ ਆਊਟ ਕੀਤਾ? ਲੋਕਾਂ ਨੂੰ ਦੱਸਣ ਵੀ ਉਹ ਰਿਪੋਰਟ ਆਈ ਆ, ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਹਾਲਾਤ ਸਨ, ਕਿਹੜੇ ਲੋਕ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਕੀਤਾ ਤੇ ਕਿਹੜੇ ਪੁਲਿਸ ਅਫਸਰ ਜਿਨ੍ਹਾਂ ਨੇ ਨਿਰਦੋਸ਼ ਬੈਠੀ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਅਨੇਕਾਂ ਲੋਕ ਮਾਰਤੇ, ਉਹਨੂੰ ਕਿਹਨੇ ਆਰਡਰ ਕੀਤੇ, ਕਿਹੜੇ ਅਫਸਰ, ਕਿਹੜੇ ਪੁਲਿਸ ਮੁਲਾਜ਼ਮ ਨੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਹੁਕਮ ਦੇਣ ਵਾਲਾ ਕੌਣ ਸੀ? ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਜਿਹੜੀ ਰਿਪੋਰਟ ਹੈਗੀ ਕਮਿਸ਼ਨ ਦੀ ਉਹ ਤੁਰੰਤ ਜਨਤਕ ਕਰਨੀ ਚਾਹੀਦੀ ਹੈ।